ਗੁਰਦੁਆਰਾ ਜਨਮ ਸਥਾਨ ਦੇ ਅੰਦਰ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਬਾਬਾ ਗੁਰੂ ਨਾਨਕ ਦੇ 594 ਬਰਥਡੇ ਸੈਲੀਬ੍ਰੇਸ਼ਨ ਉਹ ਜਾਰੀ ਹੈ। ਸੋ ਇੱਥੇ ਮੁਖਤਲਿਫ ਦੇਸ਼ਾਂ ਤੋਂ ਸੰਗਤਾਂ ਇੱਥੇ ਅੱਪੜ ਚੁੱਕੀਆਂ ਹਨ। ਕੱਲ੍ਹ ਇੰਡੀਅਨ ਸਾਈਡ ਤੋਂ ਜਿਹੜੇ ਜਿੱਥੇ ਆਏ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦੇ ਵਿੱਚ ਇੱਕ ਵੀਰ ਸਾਡੇ ਨਾਲ ਖੜ੍ਹੇ ਹਨ, ਜਾਣਦੇ ਹਾਂ ਕਿ ਇਹਨਾਂ ਦਾ ਕੀ ਨਾਂ ਹੈ, ਕਿੱਥੋਂ ਆਉਣਾ ਹੈ। ਜੀ ਵੀਰ ਜੀ, ਦੱਸੋ ਆਪਣਾ ਕੀ ਨਾਂ? ਹਾਂਜੀ, ਮੇਰਾ ਨਾਂ ਸੁਖਦੇਵ ਸਿੰਘ ਹੈ। ਮੈਂ ਜਿਹੜਾ ਹਰਿਆਣਾ ਜਿਹੜਾ ਇੰਡੀਆ ਦੇ ਵਿੱਚੋਂ ਆਇਆ, ਜ਼ਿਲ੍ਹਾ ਅਧੀਨ ਨਰਵਾਣਾ, ਮੇਰਾ ਜਿਹੜਾ ਸੇਵ ਉੱਥੇ ਮੈਂ ਰਹਿੰਦਾ ਵਾਂ। ਠੀਕ ਉੱਥੋਂ ਆਇਆ ਜੀ, ਅਸੀਂ ਹਾਂਜੀ ਠੀਕ ਹੈ। ਅਤੇ ਕਿਵੇਂ ਦਾ ਲੱਗਿਆ ਵਾਗੇ ਤੋਂ ਲੈ ਕੇ ਅੱਗੇ ਤੱਕ ਦਾ ਸਾਰਾ ਸਫ਼ਰ? ਜੀ, ਸਭ ਤੋਂ ਪਹਿਲਾਂ ਦੇ ਮੈਂ ਸਭ ਤੋਂ ਪਹਿਲਾਂ ਤੇ ਨਾਨਕ ਗੁਰੂ ਬਾਬੇ ਨਾਨਕ ਦੇ ਵਧਾਈ ਦੇਣਾ ਜਨਮ ਦਿਨ ਦੀ ਸਾਰੀ ਪਬਲਿਕ ਨੂੰ, ਸਾਰੇ ਵਿਸ਼ਵ ਨੂੰ। ਦੂਜਾ ਇਹ ਵੇ ਕਿ ਸਾਡੀ ਦਿੱਲੀ ਤਮੰਨਾ ਸੀ ਜੀ ਜਿਹੜੀ ਇੱਥੇ ਆਉਣ ਦੀ, ਔਰ ਬਾਬੇ ਨਾਨਕ ਨੇ ਸਾਡੀ ਉਹ ਮੰਨਤ ਜਿਹੜੀ ਇਹ ਪੂਰੀ ਕੀਤੀ ਮੰਨਤ, ਅਤੇ ਸਾਡੇ ਵਾਸਤੇ ਬੜੀ ਖੁਸ਼ੀ ਦਾ ਦਿਹਾੜਾ ਅੱਜ। ਦੂਜੀ ਇਹ ਗੱਲ ਹੈਗੀ ਜਿਹੜਾ ਅਸੀਂ ਕੱਲ੍ਹ ਬਾਗਾ ਬਾਰਡਰ 'ਤੇ ਪਹੁੰਚੇ ਹਾਂ, ਉੱਥੇ ਵੀ ਬੜਾ ਅਰੇਂਜਮੈਂਟ ਸੀ, ਬੜਾ ਅੱਛਾ ਜਿਹੜਾ ਅਸੀਂ ਚਾਹ ਦਾ ਇੰਤਜ਼ਾਮ ਕੀ ਅਰੇਂਜਮੈਂਟ ਸੀ, ਦੱਸੋ ਨਾ ਜ਼ਰਾ। ਹਾਂ, ਉੱਥੇ ਦੇਖੋ ਜੀ, ਇੱਕ ਤਾਂ ਪਹਿਲਾਂ ਜਿੰਨੀ ਵੀ ਉੱਥੇ ਜਿਹੜੀ ਪਬਲਿਕ ਸੀ, ਤੁਹਾਡੇ ਜਿਹੜੇ ਅਰੇਂਜਮੈਂਟ ਕਰਮਚਾਰੀ ਹਨ, ਬੜਾ ਸੋਹਣਾ ਵਿਚਾਰਿਆਂ ਨੇ, ਬੜਾ ਮਿੱਠਾ ਜਿਹੜਾ ਸੁਭਾਅ ਉਹਨਾਂ ਦਾ, ਬੜਾ ਉਹਨਾਂ ਸਹੀ ਸਾਡਾ ਸਵਾਗਤ ਕੀਤਾ। ਪਹਿਲਾਂ ਸ਼ੁਰੂ 'ਚੋਂ ਵੜਦਿਆਂ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਦੋਂ ਅਸੀਂ ਬਾਗਾ ਬਾਰਡਰ ਦੇ ਅੰਦਰ ਪ੍ਰਵੇਸ਼ ਕੀਤਾ। ਠੀਕ ਹੈ। ਉਦੋਂ ਬਾਅਦ ਜਿਹੜੀ ਸਿਕਿਉਰਟੀ ਗਾਰਡ ਹਨ, ਬੜੇ ਆਰਾਮ ਦੇ ਨਾਲ ਉਹਨਾਂ ਨੇ ਸਾਨੂੰ ਇੱਜ਼ਤ ਨਾਲ ਜਿਹੜਾ ਅੰਦਰ ਲੈ ਕੇ ਗਏ। ਉਸ ਤੋਂ ਬਾਅਦ ਜਿਹੜਾ ਬਿਲਕੁਲ ਜੋ ਹੈ, ਜੋ ਅੰਦਰ ਇਮੀਗ੍ਰੇਸ਼ਨ ਵੀ ਕਰਦੇ ਹਨ, ਬੈਠੇ ਹਨ, ਉਹਨਾਂ ਬਿਲਕੁਲ ਜੇ ਟਾਈਮ ਲਾਇਆ ਹੀ ਨਹੀਂ ਜ਼ਿਆਦਾ, ਉਹਨਾਂ ਨੇ ਸਾਨੂੰ ਜਦੋਂ ਇਹ ਚੀਜ਼ ਕੀਤਾ ਬਹੁਤ ਜਲਦੀ ਉਹਨਾਂ ਸਾਨੂੰ ਜਿਹੜਾ। ਅੱਛਾ, ਇੱਕ ਚੀਜ਼ ਜਿਹੜਾ ਮੈਂ ਇਹਦੇ ਅੰਦਰ ਕੋਈ ਨੈਗੇਟਿਵਿਟੀ ਨਹੀਂ ਕਿਸੇ ਦੇ ਵੀ ਖਿਲਾਫ, ਲੇਕਿਨ ਇੱਕ ਚੀਜ਼ ਮੈਂ ਵੈਸੇ ਅਬਜ਼ਰਵ ਕਰਨਾ ਚਾਹੁੰਦਾ, ਤੁਸੀਂ ਜੋ ਅਬਜ਼ਰਵ ਕੀਤਾ ਉਹ ਪੁੱਛਣਾ ਚਾਹੁੰਦਾ। ਹਾਂਜੀ, ਇੰਡੀਆ ਦੇ ਅੰਦਰ ਵੀ ਤੁਸੀਂ ਰਹਿੰਦੇ ਹੋ? ਹਾਂਜੀ ਹਾਂਜੀ। ਤੁਸੀਂ ਪਾਕਿਸਤਾਨ ਵੀ ਆਏ ਹੋ? ਹਾਂਜੀ ਹਾਂਜੀ। ਪਾਕਿਸਤਾਨ ਦੇ ਅੰਦਰ ਤੁਹਾਨੂੰ ਦੇਖ ਕੇ ਜਿਹੜੇ ਅਫੀਸ਼ੀਅਲ ਸਨ, ਬਾਕੀ ਲੋਕ ਹਨ, ਹਾਂਜੀ, ਉਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਜ਼ਿਆਦਾ ਹੁੰਦੀ ਹੈ ਜਾਂ ਉੱਥੇ ਤੁਹਾਨੂੰ ਜਿਹੜੇ ਲੋਕ ਮਿਲਦੇ ਆ ਉਹਨਾਂ ਦੀ ਖੁਸ਼ੀ ਜ਼ਿਆਦਾ ਹੁੰਦੀ ਪੱਗ ਨੂੰ ਦੇਖ ਕੇ? ਦੇਖੋ, ਉੱਥੇ ਜਿਹੜਾ ਉੱਥੇ ਤਾਂ ਕਿਉਂ ਅਸੀਂ ਹਰ ਟਾਈਮ ਰਹਿੰਦੇ ਹਾਂ, ਉਹਨੇ ਇੰਨੀ ਜਿਹੜੀ ਇਹੋ ਜਿਹੀ ਗੱਲਾਂ ਵਿੱਚ ਨਹੀਂ ਚੱਲਦੀਆਂ ਸਾਡੀਆਂ। ਲੇਕਿਨ ਅੱਜ ਕੱਲ੍ਹ ਜਦੋਂ ਇੱਥੇ ਆਏ ਹਾਂ, ਭਲਾ ਉਹਨਾਂ ਵੈਲਕਮ ਕੀਤਾ, ਵਾਰਮ ਵੈਲਕਮ ਸਾਡਾ ਹੋਇਆ, ਜਿਹੜਾ ਕੱਲ੍ਹ ਜਿਹੜਾ ਬੜੇ ਖੁਸ਼ ਹੋਏ ਨੇ, ਜਾਂ ਕੱਲ੍ਹ ਜਿਵੇਂ ਨਨਕਾਣਾ ਸਾਹਿਬ ਅਸੀਂ ਜਿਵੇਂ ਪ੍ਰਵੇਸ਼ ਕੀਤੀ ਸਾਡੀ ਬੱਸ ਜਿਹੜੀ ਹੈ, ਉਸ ਟਾਈਮ ਵੀ ਜਿਹੜੀ ਪਬਲਿਕ ਬਾਹਰ ਸਾਨੂੰ ਦੇਖਦੀ ਸੀ ਬਈ, ਉਹ ਹੱਥ ਹਿਲਾ ਕੇ ਸਾਡਾ ਵੈਲਕਮ ਕਰਦੀ ਸੀ। ਜਾਂ ਅਸੀਂ ਲਾਹੌਰ ਤੋਂ ਪਿੱਛੇ ਵੀ ਜਿਹੜਾ ਕਸਬਾ ਜਿਹਾ ਸ਼ਹਿਰ ਆਉਂਦਾ, ਉੱਥੇ ਵੀ ਜਦੋਂ ਅਸੀਂ ਆਏ ਹਾਂ, ਉਦੋਂ ਵੀ ਪਬਲਿਕ ਜਿਹੜੇ ਉੱਥੇ ਵੀ ਹੱਥ ਹਿਲਾ ਕੇ, ਜਿਹੜਾ ਨਾ ਕੋਈ ਦੁਕਾਨਦਾਰ ਖੜਿਆ ਸੀ ਜਾਂ ਹੋਰ ਬਾਹਰ ਆਦਮੀ ਖੜਿਆ ਸੀ, ਸਾਡਾ ਹੱਥ ਲਾ ਕੇ ਵੈਲਕਮ ਕਰਦਾ ਸੀ। ਮਤਲਬ ਇੱਕ ਫਰੈਂਡਲੀ ਜਿਹੜਾ ਹੁੰਦਾ ਫੀਲਿੰਗਸ ਉਹਨਾਂ ਦੇ ਚਿਹਰਿਆਂ 'ਤੇ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਉਹਨਾਂ ਨੂੰ ਮਤਲਬ ਖੁਸ਼ੀ ਸੀ, ਉਹਨਾਂ ਨੂੰ ਐਸੀ ਦਾ ਅੱਜ ਪਤਾ ਸੀ ਕਿ ਉਹਨਾਂ ਆਉਣਾ, ਤੋ ਇਸ ਕਰਕੇ ਜਦੋਂ ਉਹਨਾਂ ਦੱਸਿਆ ਵੀ ਬੱਸਾਂ ਆ ਰਹੀਆਂ ਨੇ, ਇਹ ਉਹਨਾਂ ਦੀ ਬੱਸਾਂ ਨੇ, ਉਸੇ ਟਾਈਮ ਲੋਕੇ ਵੀ ਖੜ੍ਹੇ ਹੋ ਕੇ ਉਹਨਾਂ ਜਿਹੜਾ ਵੈਲਕਮ ਕੀਤਾ ਜੀ ਉਹਨਾਂ ਦਾ। ਅਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਕੀ ਜਿਹੜੇ ਅਰੇਂਜਮੈਂਟਸ ਨੇ, ਤੁਹਾਨੂੰ ਜਦੋਂ ਵੀਜ਼ਾ ਮਿਲਦਾ ਹੈ, ਹਾਂਜੀ, ਉਸ ਦੌਰਾਨ ਟਾਈਮ ਕਾਫੀ ਹੁੰਦਾ ਹੈ ਜਾਂ ਟਾਈਮ ਥੋੜ੍ਹਾ ਹੁੰਦਾ ਹੈ, ਵੀਜ਼ੇ ਘੱਟ ਲੋਕਾਂ ਨੂੰ ਮਿਲਦੇ ਹਨ, ਜ਼ਿਆਦਾ ਨੂੰ ਮਿਲਣੇ ਚਾਹੀਦੇ ਨੇ, ਇਹ ਇਸ਼ੂਜ਼? ਦੇਖੋ ਜੀ, ਕਿਉਂਕਿ ਇਹਦੇ 'ਤੇ ਕੋਈ ਗੱਲ ਨਹੀਂ ਕਰਦਾ, ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਅੱਗੇ ਤੱਕ ਅਪੜਾਈ ਜਾਵੇ। ਅਗਰ ਇੱਕ ਤਾਂ ਇਹ ਹੈ ਨਾ ਕਿ ਅਸੀਂ ਬਹੁਤ ਅੱਛਾ, ਸਭ ਕੁਝ ਅੱਛਾ, ਅਸੀਂ ਉਹਨਾਂ ਲੋਕਾਂ ਦੇ ਵਿੱਚੋਂ ਨਹੀਂ ਹੈ ਕਿ ਹਰ ਚੀਜ਼ ਸਭ ਅੱਛਾ ਕਹਿਣ ਵਾਲੀ, ਤੁਸੀਂ ਪਲੀਜ਼ ਇਹ ਦੱਸੋ ਵੀ ਕਿਹੜਾ ਕਿਹੜਾ ਕੋਈ ਤੁਹਾਨੂੰ ਇਹ ਜਿਹਨੂੰ ਹੋਰ ਅੱਛਾ ਹੋ ਸਕਦਾ ਅਰੇਂਜਮੈਂਟਸ ਦੇ ਅੰਦਰ? ਦੇਖੋ ਜੀ, ਇਹ ਜਿਹੜਾ ਹੁਣ ਪਬਲਿਕ ਜਿਹੜੀ ਹੈ ਬਹੁਤ ਜ਼ਿਆਦਾ ਚਾਹੁੰਦੀ ਹੈ ਇੱਧਰ ਆਉਣਾ, ਕੁਝ ਤਾਂ ਲੋਕ ਜਿਹੜਾ ਇੱਥੇ ਆਪਣਾ ਧਾਰਮਿਕ ਸਥਾਨ ਨੂੰ ਵੇਖਣਾ ਚਾਹੁੰਦੇ ਨੇ, ਕੁਝ ਆਪਣੇ ਪੂਰਵਜਾਂ ਦੀ ਜਿਹੜੀ ਜ਼ਮੀਨ ਹੈ ਜਾਂ ਉਹਨਾਂ ਦੀ ਜਿਹੜੀ ਜਨਮ ਭੋਗ ਹੈ ਉਹਨੂੰ ਵੀ ਵੇਖਣਾ ਚਾਹੁੰਦੇ ਨੇ, ਇਸ ਕਰਕੇ ਲੋਕ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਜ਼ਿਆਦਾ ਜ਼ਿਆਦਾ ਵੀਜ਼ਾ ਦਿੱਤਾ ਜਾਵੇ। ਇਸ ਵਾਰੀ ਜਿਵੇਂ ਕਿ ਦੱਸਿਆ ਜਾਂਦਾ ਕਿ 5000 ਤੋਂ ਵੀ ਉੱਤੇ ਲੋਕਾਂ ਨੇ ਅਪਲਾਈ ਕੀਤਾ ਸੀ, ਲੇਕਿਨ ਜਿਹੜਾ ਵੀਜ਼ਾ ਉਹ 3000 ਤੋਂ ਵੀ ਘੱਟ ਲੋਕਾਂ ਨੂੰ ਮਿਲਿਆ। ਮੈਂ ਆਪ ਜਿੱਥੋਂ ਹਰਿਆਣੇ ਤੋਂ ਬਿਲੋਂਗ ਕਰਨਾ, ਉੱਥੇ ਮੈਨੂੰ ਕਮੇਟੀ ਵਾਲੇ ਦੱਸਣ ਰਹੇ ਸੀ ਕਿ ਸਾਡੇ ਜਿਹੜੇ ਨਾ 180 ਬੰਦਿਆਂ ਨੇ ਅਪਲਾਈ ਕੀਤਾ ਸੀ, ਤੇ ਸਿਰਫ ਜਿਹੜਾ ਹੈ ਉਹਨਾਂ 105 ਬੰਦਿਆਂ ਨੂੰ, ਆਦਮੀ ਨੂੰ 105 ਜਾਂ 10 ਬੰਦਿਆਂ ਨੂੰ, 180 ਚੋਂ 105, ਹਾਂਜੀ, ਮਤਲਬ 60% ਹੈ। ਹਾਂਜੀ, ਇਹ ਉਹੀ ਹੈ ਕਿ 5500 ਲੋਕਾਂ ਨੇ ਅਪਲਾਈ ਕੀਤਾ ਓਵਰਆਲ, ਤੋਂ ਉਹਦੇ ਚ 3000 ਲੋਕਾਂ ਦੇ ਵੀਜ਼ਾ, 3000 ਤੋਂ ਵੀ ਘੱਟ ਰਹੇ ਨੇ ਜਿਨ੍ਹਾਂ ਨੂੰ ਜਿਹੜਾ ਵੀਜ਼ਾ ਮਿਲਿਆ ਜੀ। ਔਰ ਜਿਹੜਾ ਵੀਜ਼ਾ ਵੀ ਕਈ ਵਾਰੀ ਜਿਹੜਾ ਥੋੜ੍ਹਾ ਜਿਹਾ ਟਾਈਮ ਦੀ ਟਾਈਮ ਮਿਲਿਆ, ਕਈਆਂ ਕੋਲ ਦੁਬਾਰਾ ਇਨਫੋਰਮੇਸ਼ਨ ਜਲਦੀ ਪਹੁੰਚ ਨਹੀਂ ਪਾਈ,
ਕੁਝ ਆਦਮੀ ਰਹਿ ਵੀ ਜਾਂਦੇ ਨੇ 5-10 ਟਾਈਮ ਦੇ ਟਾਈਮ ਮਤਲਬ ਕਿ ਤੁਸੀਂ ਕੱਲ ਵਾਗਾ ਬਾਰਡਰ ਪਾਰ ਕਰਨਾ ਸੀ ਆਉਣਾ ਸੀ ਹਾਂਜੀ ਤੇ ਤੁਹਾਨੂੰ ਪਤਾ ਕਦੋਂ ਚੱਲਿਆ ਸਿਰਫ ਮਤਲਬ ਉੱਥੋਂ ਚੱਲਣ ਤੋਂ 12 ਘੰਟੇ ਪਹਿਲਾਂ ਸਾਨੂੰ ਪਤਾ ਲੱਗਾ ਵੀ ਸਾਡਾ ਜਿਹੜਾ ਵੀਜ਼ਾ ਲੱਗ ਗਿਆ 23 ਤਾਰੀਖ ਨੂੰ ਰਾਤ ਨੂੰ 8 ਵਜੇ ਸਾਨੂੰ ਵੀਜ਼ਾ ਦਾ ਪਤਾ ਲੱਗਾ ਅਤੇ ਸਵੇਰੇ ਉਹਨਾਂ ਸਾਨੂੰ ਕਿਹਾ ਵੀ 10 ਵਜੇ ਤੁਸੀਂ ਜਿਹੜਾ ਇੱਥੇ ਪਹੁੰਚ ਜਾਓ ਇੱਥੇ ਗੱਡੀਆਂ ਜਿਹੜੀਆਂ ਚੱਲਣੀਆਂ ਨੇ ਜਿਹੜੀਆਂ ਨੇ ਲੈ ਕੇ ਕਮੇਟੀ ਦੇ ਜਿਹਨਾਂ ਜਿਹਨਾਂ ਦਾ ਵੀਜ਼ਾ ਲੱਗਿਆ ਉਹਨਾਂ ਨੂੰ ਲੈ ਕੇ ਵਾਹਗਾ ਬਾਰਡਰ ਤੱਕ ਜਾਣਗੇ ਅਤੇ ਸਾਡੀ ਕਮੇਟੀ ਜਿਹੜੀ ਹੈ ਉਹ ਬੱਸਾਂ ਉਹਨਾਂ ਭੇਜੀਆਂ ਵਾਹਗਾ ਬਾਰਡਰ ਤੱਕ ਅਤੇ ਰਾਤ ਨੂੰ ਸਾਡਾ ਰਹਿਣ ਦਾ ਅਰੇਂਜਮੈਂਟ ਵੀ ਵਾਹਗਾ ਬਾਰਡਰ 'ਤੇ ਉਹਨਾਂ ਹੀ ਕੀਤਾ ਅਤੇ ਕਮੇਟੀ ਸਾਡੀ ਜਿਹੜੀ ਹਰਿਆਣਾ ਕਮੇਟੀ ਨੇ ਕੀਤਾ ਅਤੇ ਕੱਲ੍ਹ ਜਿਹੜਾ ਫਿਰ ਅਸੀਂ ਵਾਹਗਾ ਬਾਰਡਰ ਤੋਂ ਇੱਧਰ ਪ੍ਰਵੇਸ਼ ਕੀਤਾ ਅੱਛਾ ਹਾਂਜੀ ਫਿਰ ਤਾਂ ਬੜਾ ਲੰਬਾ ਤੁਹਾਡਾ ਸਫ਼ਰ ਪੈ ਜਾਂਦਾ ਹਾਂਜੀ ਪਰਸੋਂ ਦਾ ਵੀ ਸਾਡਾ ਜਿਹੜਾ ਅਸੀਂ ਚੱਲ ਸੋ ਚੱਲ ਰਹੇ ਹਾਂ ਔਰ ਕੱਲ੍ਹ ਵੀ ਚੱਲ ਸੋ ਚੱਲ ਰਹੇ ਹਾਂ ਤੇ 2 ਦਿਨ ਦਾ ਪੂਰਾ ਜਿਹੜਾ ਇੱਕ ਤਕਵਾਰ ਦੀ ਸਕਾਊਟ ਹੋ ਜਾਂਦੀ 2 ਦਿਨ ਦੀ ਬਿਲਕੁਲ ਸਹੀ ਕਹਿੰਦੇ ਹੋ ਚੀਜ਼ਾਂ ਦੇਖਣੀਆਂ ਚਾਹੀਦੀਆਂ ਅਗਰ ਥੋੜ੍ਹੀ ਥੋੜ੍ਹੀ ਤਵੱਜਾ ਦੇ ਨਾਲ ਕੁਝ ਚੀਜ਼ਾਂ ਬਿਹਤਰ ਹੋ ਸਕਦੀਆਂ ਹਨ ਅਤੇ ਪਾਕਿਸਤਾਨੀ ਸਰਕਾਰ ਨੂੰ ਉਹ ਚੀਜ਼ਾਂ ਬਿਹਤਰ ਕਰਨੀਆਂ ਚਾਹੀਦੀਆਂ ਇਹ ਲੋਕ ਇੱਥੇ ਆ ਕੇ ਬਹੁਤ ਖੁਸ਼ ਹੁੰਦੇ ਨੇ ਪਾਕਿਸਤਾਨ ਦੀਆਂ ਬਹੁਤ ਤਾਰੀਫਾਂ ਕਰ ਰਹੇ ਨੇ ਜਿਤਨੇ ਅਰੇਂਜਮੈਂਟਸ ਨੇ ਉਹਨਾਂ ਦੇ ਬਹੁਤ ਤਾਰੀਫਾਂ ਕਰ ਰਹੇ ਨੇ ਲੇਕਿਨ ਇੱਕ ਰਿਕੁਐਸਟ ਜਿਹੜੀ ਨਾਲ ਨਾਲ ਸਾਨੂੰ ਸਾਰਿਆਂ ਵੱਲੋਂ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਹੁੰਦੀ ਹੈ ਕੁਛ ਲੋਕ ਉਹਦਾ ਇਜ਼ਹਾਰ ਨਹੀਂ ਕਰਦੇ ਕੁਛ ਲੋਕ ਦਬੇ ਲਫਜ਼ਾਂ ਦੇ ਵਿੱਚ ਕਰਦੇ ਨੇ ਕਿ ਅਗਰ ਥੋੜ੍ਹਾ ਪਹਿਲੇ ਦੱਸ ਦਿੱਤਾ ਜਾਵੇ ਔਰ ਵੀਜ਼ਿਆਂ ਦੀ ਕੁਆਂਟਿਟੀ ਜਿਹੜੀ ਹੈ ਉਹ ਵਧਾ ਦਿੱਤੀ ਜਾਵੇ ਮਤਲਬ 5500 ਲੋਕਾਂ ਨੇ ਅਪਲਾਈ ਕੀਤਾ ਅਗਰ ਕਿਸੇ ਸ਼ਖਸ ਦਾ ਕੋਈ ਇਸ਼ੂ ਹੈ ਤਾਂ ਉਹ ਕੋਈ ਪਰਸੈਂਟੇਜ ਕੋਈ 1% ਹੋ ਜਾਵੇ ਅਤੇ ਬਾਕੀ ਸਾਰਿਆਂ ਨੂੰ ਵੀਜ਼ੇ ਦਿੱਤੇ ਜਾਣ ਉਹਨਾਂ ਦੀ ਖਾਹਿਸ਼ ਹੁੰਦੀ ਹੈ ਗੁਰੂ ਘਰ ਆਉਣ ਇੱਥੇ ਸਾਰੇ ਜਿਤਨੇ ਵੀ ਇੱਥੇ ਦਰਸ਼ਨ ਦੀਦਾਰ ਹਨ ਉਹ ਸਾਰੇ ਲਵਣ ਔਰ ਖੁਸ਼ ਖੁਸ਼ ਜਾਣ ਇਹਦੇ ਨਾਲ ਇਹ ਹੁੰਦਾ ਹੈ ਕਿ ਜਿਤਨੀਆਂ ਵੀ ਸਾਡੀਆਂ ਬਾਬੇ ਗੁਰੂ ਨਾਨਕ ਦੇ ਨਾਮ ਲੇਵਾ ਸੰਗਤਾਂ ਹਨ ਉਹਨਾਂ ਦੇ ਮਨਾਂ ਦੇ ਵਿੱਚ ਪਿਆਰ ਪੈਂਦਾ ਹੈ ਔਰ ਉਹ ਪਿਆਰ ਜਿਹੜਾ ਹੈ ਪੰਜਾਬੀਆਂ ਦੀ ਇੱਕ ਆਪਸੀ ਸਾਂਝ ਹੈ ਉਸ ਨੂੰ ਹੋਰ ਅੱਗੇ ਵਧਾਉਂਦਾ ਹੈ।